ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਚੀਮੇ ਵਿਖੇ ਇਕ ਬਜ਼ੁਰਗ ਔਰਤ ਦਾ ਚੋਰੀ ਤੋਂ ਬਾਅਦ ਕਤਲ ਕੀਤਾ ਗਿਆ। ਪਰ ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਨਸ਼ੇ ਦੇ ਕੈਪਸੂਲ ਵੀ ਵੇਚਦੀ ਸੀ। ਜਸਵੀਰ ਕੌਰ ਦੇ ਦੋ ਬੱਚੇ ਸਨ, ਇੱਕ ਮੁੰਡਾ ਅਤੇ ਇੱਕ ਕੁੜੀ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਹ ਹੁਣ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ। ਜਦ ਇਸ ਘਟਨਾ ਦੇ ਬਾਰੇ ਤਰਨ ਤਾਰਨ ਦੀ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਕਈ ਇਹ ਚੋਰੀ ਦਾ ਮਾਮਲਾ ਸੀ ਜਾਂ ਕੁਝ ਹੋਰ। ਸਵੇਰੇ ਗਏ ਉਹ ਦੱਸਦੇ ਹੋ ਕਿ ਉਹਨੂੰ ਪਏ ਆ ਕੋਈ ਪੈਸੇ ਥੋੜ੍ਹੇ ਬਹੁਤੇ ਉਹਦੇ ਕੋਲ, ਅਤੇ ਉਹਦੇ ਕੋਲ ਨਾ ਜਿੱਦਾਂ ਇੱਕ ਲੂਣ ਘੋੜਨਾ ਤੋਂ ਮੈਂ ਦਾਤਰ ਵੀ ਦੱਸਦੀ ਅਤੇ ਇੱਥੋਂ ਵੱਜੇ ਦੋਨੋਂ ਲੁਹਾਰ ਹੋਈ ਆ, ਅਤੇ ਦੂਜਾ ਲੁੱਟ ਖੋਹ ਕਰਕੇ ਮਾਰ ਕੇ ਅਤੇ ਚਲੇ ਗਏ। ਅਤੇ ਦੋ ਲੜਕੀਆਂ ਅਤੇ ਦੋ ਲੜਕੇ, ਅਤੇ ਇੱਕ ਲੜਕੀ ਮਰ ਗਈ ਮੇਰੇ ਘਰ ਵਾਲੀ ਜਿਹੜੀ ਚੋਰੀ ਹੋ ਗਈ, ਅਤੇ ਬਾਕੀ ਉਹਦੇ ਲੜਕੇ ਵੀ ਦੋਵੇਂ ਪੂਰੇ ਹੋ ਗਏ। ਅਤੇ ਉਹਨਾਂ ਬਾਕੀ ਹੁਣ ਗਮਲਾ ਰਹਿ ਗਈ ਥੱਲੇ ਥੱਲੇ ਗਈ, ਲੱਤਾਂ ਤੋਂ ਬੈਠੀ ਇਹਦੇ ਪੈਸਾ, ਤਾਂ ਗਰੀਬ ਹੀ ਪੈਸਾ ਨਹੀਂ ਕੋਈ ਇੰਨਾ, ਥੋੜ੍ਹੇ ਬਹੁਤ ਹੈਗੇ ਕਦੇ 10-20 ਹਜ਼ਾਰ ਹੋਊਗਾ ਜਾਂ ਕੋਲ, ਅਤੇ ਉਹ ਲੁੱਟ ਕੇ ਲੈ ਗਏ ਉੱਥੋਂ, ਅਤੇ ਮਾਰ ਕੇ ਅਤੇ ਉਹਦਾ ਮੁੜ ਕੇ ਪੋਤਰਾ ਆਇਆ ਆਪਣਾ ਇਤਰਾ ਬੱਸ ਚਲਾਉਂਦਾ ਪਿੰਡ, ਅਤੇ ਉਹ ਆਣ ਕੇ ਉਹਨੇ ਆਣ ਕੇ ਦੇਖਿਆ ਅਤੇ ਉਹ ਦੇਖ ਕੇ 8 ਵਜੇ ਆਇਆ, ਹਨੇਰਾ ਵਾਹਵਾ ਆਇਆ, ਅਤੇ ਉਹਨੂੰ ਜਾ ਉਹਨੇ ਆਣ ਕੇ ਮੁੜ ਕੇ ਰੌਲਾ ਰੱਪਾ ਪਾਇਆ, ਅਤੇ ਮੁੜ ਕੇ ਬਾਅਦ ਦੋ ਇਕੱਠੇ ਇਕੱਠੇ ਹੋਏ, ਮੁੜ ਕੇ ਪੁਲਿਸ ਵੀ ਗਈ, ਅਤੇ ਪੁਲਿਸ ਨੇ ਮੁੜ ਕੇ ਚਲੋ ਇੱਥੇ ਲੈ ਰਾਡ ਮੁੜ ਕੇ ਫਿਰ ਇੱਥੇ ਲਿਆਉਂਦੀ ਪੋਸਟਮਾਰਟਮ ਵਾਸਤੇ। ਘਰਦਾ ਇਸ ਤਰ੍ਹਾਂ ਹੀ ਮਾੜਾ ਮੋਟਾ ਹੀ, ਦੋ ਘਰਾਂ ਤੜੀ ਮਾੜਾ ਮੋਟਾ ਇਸ ਤਰ੍ਹਾਂ ਠੀਕ ਮਾੜੀ ਮੋਟੀ ਕਰਦੀ ਹੈ। ਸ਼ੱਕ ਇਹੋ ਹੀ ਹੈ ਜੀ, ਪਤਾ ਨਹੀਂ ਜੀ, ਸਾਨੂੰ ਪਤਾ ਨਹੀਂ ਕਿਸੇ ਦਾ ਸ਼ੱਕ, ਕਿਸੇ ਪਿੰਡ ਤੋਂ ਸ਼ੱਕ ਕਿਸੇ ਦੇ ਨਾ ਜੀ। ਰਹਿੰਦਾ ਜੀ ਇੱਕ ਪੋਤਰਾ ਹੀ ਪੋਤਰਾ, ਅਤੇ ਜਦੋਂ ਉੱਥੇ ਉਹਨੂੰ ਆਣ ਕੇ ਪਏ ਨੇ ਅਤੇ ਉਹਦੇ ਲਾਗੇ ਕੋਈ ਤੁਰ ਫਿਰ ਨਹੀਂ ਸਕਦੀ, ਤੁਰ ਫਿਰ ਨਹੀਂ ਸਕਦੀ, ਅਤੇ ਉਹਨੂੰ ਆਣ ਕੇ ਜੇ ਲੂਣ ਘੋਟਣਾ ਮਾਰਿਆ, ਇੱਕ ਇੱਟ ਪਈ ਆ, ਇੱਟ ਮਾਰੀ ਆ, ਉਹੋ ਜਿਹੀ ਪੈਸੇ ਵੀ ਉਹਦੇ ਕੋਲ ਜਿਹੜੇ ਹੈਗੇ ਸੀ ਲੁੱਟ ਫੁੱਟ ਕੇ ਲੈ ਗਏ ਆ, ਅਤੇ ਹੋਰ ਜਿਹੜੇ ਬੱਚੇ ਉਹ ਪਹਿਲੇ ਮਰ ਚੁੱਕੇ, ਤੁਰਿਆ ਨਹੀਂ ਜਾਂਦਾ, ਅਤੇ ਪੈਰ ਲੱਤਾਂ ਤੋਂ ਰਹੀ ਟਿਕਟਾ ਨਹੀਂ ਕੋਈ ਪਤਾ ਲੱਗਾ, ਇਹ ਜੇ ਅਸੀਂ ਆਹਨੇ ਆ ਵੀ ਦੋਸ਼ੀ ਫੜੇ ਜਾਣੇ ਚਾਹੀਦੇ ਆ, ਕਿਉਂਕਿ ਹੋਰ ਵੀ ਕੋਈ ਹੋਰ ਕਿਸੇ ਨੂੰ ਮਾਰ ਸਕਦੇ। ਕੌਰ ਸਨ ਆਫ ਵਾਈਫ ਆਫ ਸੇਵਾ ਸਿੰਘ ਵਾਸੀ ਸ਼ੁਕਰ ਚੱਕ ਚੀਮਾ ਦੀ ਰਹਿਣ ਵਾਲੀ ਸੀ, ਉਹਦੀ ਉਮਰ ਕਰੀਬ 60 ਸਾਲ ਦੀ, ਉਹ ਹੈਂਡੀਕੈਪ ਸੀ, ਇਕੱਲੀ ਰਹਿੰਦੀ ਸੀ, ਉਹਦਾ ਪੋਤਾ ਜਿਹੜਾ ਸੀ ਉਹ ਬਾਹਰ ਗਿਆ ਸੀ, ਅਤੇ ਉਹ ਜਦੋਂ ਸ਼ਾਮੀ ਅਤੇ ਰਾਤ ਨੂੰ ਕਿਸੇ ਨੂੰ ਪਤਾ ਲੱਗਾ ਮੈਸੇਜ ਆਇਆ ਅਤੇ ਘਰ ਆਇਆ, ਅਤੇ ਉਹਨੇ ਆ ਕੇ ਦੇਖਿਆ ਅਤੇ ਉਹਦੇ ਰਸੋਈ ਜਿਹੜੀ ਹੈ ਨਾ ਘਰ ਹੁੰਦਾ, ਉਹਦੇ ਵਿੱਚ ਉਹ ਚਾਹ ਚੁੱਕ ਆਉਂਦੀ ਸੀ, ਉੱਥੇ ਉਹਦੇ ਸਿਰ 'ਚ ਜਿਹੜਾ ਵਾ ਉਹਦੇ ਵਿੱਚ ਜਿਹੜਾ ਘਰ ਦੇ ਵਿੱਚ ਪਿਆ ਸੀ ਨਾ ਘੋਟਣਾ ਘੋਟਣਾ ਮਾਰ ਕੇ ਉਹਦੇ ਫਰਸ਼ ਦਿੱਤੇ, ਪਤਾ ਲੱਗਾ ਵੀ ਉਹਦੇ ਮਾੜੇ ਮੋਟੇ ਕੈਪਸੂਲ ਕੁਪਸੂਲ ਨਹੀਂ, ਇਹਦੇ ਹੁਣ ਦੇਖੋ ਕਿਸ਼ਤਗਾਰ ਜੋ ਵੀ ਹੋਊਗਾ ਦਿੱਤਾ 302 ਦਾ ਪਰਚਾ ਦਰਜ ਕਰ ਰਿਹਾ, ਅਤੇ ਉਹਦਾ ਪੋਸਟਮਾਰਟਮ ਕਰਾ ਹੋਇਆ ਕਰਾਇਆ, ਅਤੇ ਜੋ ਵੀ ਉਹਦੇ ਵਿੱਚ ਹੋਣਗੇ ਇਨਵੈਸਟੀਗੇਸ਼ਨ ਦਾ ਉਹਨਾਂ ਦੇ ਕਰ, ਉਹ ਮਾੜੇ ਮੋਟੇ ਕੈਪਸੂਲ ਸੀ, ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।